ਅਸਲਾਮ ਵਾਲੇਕਮ ਦੋਸਤੋ, ਮੈਂ ਤੁਹਾਡਾ ਮੇਜ਼ਬਾਨ ਮੁਹੰਮਦ ਸਾਜਿਦ ਵਿਰਕ। ਤੁਸੀਂ ਵੇਖਦੇ ਜੀ ਯੂਟਿਊਬ ਚੈਨਲ ਮੇਰਾ ਸਾਹੀਵਾਲ ਟੀਵੀ। ਜਿਵੇਂ ਕਿ ਵੀਰ ਦੋਸਤ ਜਾਣਦੇ ਨੇ, ਅਸਵੀਰਾਂ ਵਾਸਤੇ ਖੂਬਸੂਰਤ ਅਤੇ ਅੱਛੇ ਜਾਨਵਰ ਦੀ ਵੀਡੀਓ ਲੈ ਕੇ ਹਾਜ਼ਰ ਹੋਈ ਦੀ। ਅੱਜ ਅਸੀਂ ਫਿਰ ਇੱਕ ਦਫ਼ਾ ਵੀਰਾਂ ਵਾਸਤੇ ਬੜੇ ਖੂਬਸੂਰਤ ਅਤੇ ਲਾਜਵਾਬ ਜਾਨਵਰਾਂ ਦੀ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ। ਉਮੀਦ ਕਰਦੇ ਹਾਂ ਤੁਹਾਨੂੰ ਸਾਡੀ ਅੱਜ ਵਾਲੀ ਵੀਡੀਓ ਵੀ ਪਸੰਦ ਆਏਗੀ। ਜਿਹੜੇ ਸਾਡੇ ਚੈਨਲ 'ਤੇ ਨਵੇਂ ਵੀਰ ਨੇ, ਉਹਨਾਂ ਅੱਗੇ ਰਿਕੁਐਸਟ ਹੈ ਕਿ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਜ਼ਮੀ ਕਰਨ। ਹੁਣ ਤੁਹਾਨੂੰ ਜਾਨਵਰ ਨੰਬਰ 1 ਵਿਖਾਉਣੇ ਆ। ਟੋਟਲ ਅਸੀਂ ਜਾਨਵਰ ਅੱਜ 3 ਲੈ ਕੇ ਆਏ ਹਾਂ ਅਤੇ ਮਾਸ਼ਾਅੱਲਾ ਬੜੇ ਆਲਾ ਕੁਆਲਿਟੀ ਦੇ ਜਾਨਵਰ। ਅਤੇ ਇਨਸ਼ਾਅੱਲਾ ਉਮੀਦ ਕਰਾਂਗੇ ਤੁਹਾਨੂੰ ਵੀਰਾਂ ਨੂੰ ਬੜੇ ਪਸੰਦ ਆਏਗੇ। ਜਿੰਨੇ ਵੀ ਫਾਰਮਰ ਨੇ ਉਹ ਜਾਨਵਰਾਂ ਨੂੰ ਸਮਝਦੇ ਨੇ। ਮਾਸ਼ਾਅੱਲਾ ਵੇਖ ਸਕਦੇ ਜਾਨਵਰ ਨੰਬਰ 1 ਬੜੀ ਖੂਬਸੂਰਤ ਵੈੜ, ਹਰ ਪਾਸੋਂ ਪੂਰੀ ਰੰਗ ਬੜਾ ਅਟਰੈਕਟਿਵ ਜੇ ਵੇਖ ਸਕਦੇ ਜੇ। ਨਸਲ ਜ਼ਾਤ ਬੜੀ ਗਾਂ ਦੀ। ਉਸ ਤੋਂ ਬਾਅਦ ਤੁਸੀਂ ਤੁਹਾਨੂੰ ਇੱਕ ਹਵਾਨੇ ਦੀ ਕੁਆਲਿਟੀ ਵੀ ਚੈੱਕ ਕਰਾਉਣੇ ਆ। ਸਭ ਕੁਝ ਕੈਮਰੇ ਦੀ ਨਜ਼ਰ ਦੇ ਸਾਹਮਣੇ ਆ। ਹਵਾਨਾ ਚੈੱਕ ਕਰ ਲਓ, ਬਿਲਕੁਲ ਕੱਚੀਆਂ ਵਧਰਾ ਪਈਆਂ, ਬਿਲਕੁਲ ਕੱਚੀਆਂ ਵਧਰਾ। ਤਾਂ ਇਨਸ਼ਾਅੱਲਾ ਜਦੋਂ ਸੁਣ ਦੇ ਨੇੜੇ ਜਾਵੇਗੀ, ਮਾਲਕ ਆਉਂਦੇ ਨੇ, ਸਾਡੀ ਵੈੜ ਚੋਣੀ ਪੈਣੀ 3-4 ਦਿਨ ਪਹਿਲੇ। ਅਜੇ ਕਮ ਅਜ਼ ਕਮ 10 ਤੋਂ 12 ਦਿਨ ਵੈੜ ਲੈਂਦੀ ਜੇ। ਵੇਖ ਸਕਦੇ ਜੇ ਇਨਸ਼ਾਅੱਲਾ ਜਦੋਂ ਸੁਣ ਦੇ ਨੇੜੇ ਜਾਵੇਗੀ, 4-4 ਇੰਚ ਹਵਾਨਾ ਪੱਟਾਂ 'ਚੋਂ ਬਾਹਰ ਕੱਢੇਗੀ, ਥੋੜ੍ਹਾ ਲੰਮਾ ਥੋੜ੍ਹੀ। ਅਤੇ ਬਾਕੀ ਕੱਦ ਛਾਨ ਬੜੀ, ਵੇਲ ਬੜੀ, ਉਸ ਤੋਂ ਬਾਅਦ ਸਿਰੋਂ ਕੋਨੀ, ਰੰਗ ਬੜਾ ਜੈਨਮਨ ਅਟਰੈਕਟਿਵ ਰੰਗ, ਵਾਈਟ ਅਤੇ ਬਲੈਕ ਵਿੱਚ, ਬਲੈਕ ਦੇ ਛੋਟੇ ਛੋਟੇ ਸਪੋਟ ਜਿਹੜੇ ਜਾਨਵਰ ਨੂੰ ਬੜਾ ਹੀ ਖੂਬਸੂਰਤ ਬਣਾਉਂਦੇ ਨੇ। ਉਸ ਤੋਂ ਬਾਅਦ ਜਾਨਵਰ ਦੇ ਛੋਟੀ ਜਿਹੀ ਅੱਖ, ਛੋਟੇ ਛੋਟੇ ਕੰਨ, ਉਸ ਤੋਂ ਬਾਅਦ ਪੋਲ ਨਮਾ ਵੇਖ ਸਕਦੇ ਜੇ। ਕੋਈ ਸਿੰਘ ਨਹੀਂ, ਸਿੰਘ ਦਾ ਨਿਸ਼ਾਨ ਵੀ ਕੋਈ ਨਹੀਂ, ਜੈਨਮਨ ਕੋਈ ਨਹੀਂ ਗਾਂ ਜੇ। ਦੂਸਰੇ ਸੂਏ ਜੇ ਸਭ ਕੁਝ ਕੈਮਰੇ ਦੀ ਨਜ਼ਰ ਦੇ ਸਾਹਮਣੇ ਵੇਖ ਸਕਦੇ ਜੇ। ਪਾਵਰ ਵਾਲਾ ਠੰਡ ਲੱਗਾ ਹੋਇਆ, ਪਾਵਰ ਗੇਠ ਗੇਠ ਦੀ ਵਿਰਲ ਮਾਸ਼ਾਅੱਲਾ। ਉਸ ਤੋਂ ਬਾਅਦ ਤੁਹਾਨੂੰ ਚਾਲ ਚੱਲਣ ਵੀ ਵਿਖਾਉਣੇ ਆ, 16 ਵਾਲੇ ਚਾਲ ਚੱਲਣ ਮਾਸ਼ਾਅੱਲਾ। ਚਾਲ ਚੱਲਣ ਵੀ ਵੀਰਾਂ ਨੂੰ ਚੈੱਕ ਕਰਵਾਉਣੇ ਆ। ਸਭ ਕੁਝ ਕੈਮਰੇ ਦੀ ਨਜ਼ਰ ਦੇ ਸਾਹਮਣੇ, ਕੋਈ ਚੀਜ਼ ਵੀ ਕੈਮਰੇ ਤੋਂ ਉਝਲ ਨਹੀਂ। ਐਸੇ ਖੂਬਸੂਰਤ ਜਾਨਵਰ ਤੁਹਾਨੂੰ ਹਮੇਸ਼ਾ ਮੇਰਾ ਸਾਹੀਵਾਲ ਟੀਵੀ ਤੋਂ ਹੀ ਮਿਲਣਗੇ। ਅਤੇ ਬਾਕੀ ਗੱਲਾਂ ਬਾਤਾਂ ਭਾਈ ਆਸਮ ਨਾਲ ਕਰਾਂਗੇ। ਇਹਨਾਂ ਦੇ ਵਪਾਰ ਦੀ ਨਹੀਂ, ਇਹਨਾਂ ਦੀ ਘਰ ਦੀ ਵੈੜ ਹੈ ਮਾਸ਼ਾਅੱਲਾ। ਜੰਮ ਪਾਲ ਇਹਨਾਂ ਦੇ ਘਰ ਦਾ, ਸਭ ਕੁਝ ਕੈਮਰੇ ਦੀ ਨਜ਼ਰ ਦੇ ਸਾਹਮਣੇ। ਬਾਕੀ ਗੱਲਾਂ ਭਾਈ ਆਸਮ ਨੂੰ ਪੁੱਛਾਂਗੇ ਕੀ ਹਿਸਾਬ ਕਿਤਾਬ ਹੈ। ਭਾਈ ਆਸਮ ਵੀ ਇੱਕ ਇੱਕ ਦਾ ਕਰ ਲਏ ਕਿ ਇਕੱਠਿਆਂ ਦਾ ਬਾਅਦ ਨਸਲ ਦਾ ਦੱਸੀ ਇਹਨਾਂ ਨੇ ਸਾਰਾ ਕੁਝ ਡਿਟੇਲ? ਨਹੀਂ, ਮੈਂ ਨਾ ਵੀ ਇਹਦਾ ਪਹਿਲੇ ਕਰ ਲਈ, ਦੁਬਾਰਾ ਕਰ ਲਾ, ਉੱਥੇ ਲੈ ਚੱਲ। ਜਾਨਵਰ ਮੇਰੇ ਵੀਰਾਂ ਭਰਾਵਾਂ ਨੇ ਵੇਖ ਲਿਆ ਮਾਸ਼ਾਅੱਲਾ, ਸੀਲ ਜਾਨਵਰ। ਬਾਕੀ ਸਭ ਗੱਲਾਂ ਆਪਾਂ ਭਾਈ ਆਸਮ ਨੂੰ ਪੁੱਛਦੇ ਹਾਂ, ਕਿੰਨੇ ਦਿਨ ਸੁਣ ਨੂੰ ਲੈਂਦੀ ਹੈ, ਕੀ ਹਿਸਾਬ ਕਿਤਾਬ ਹੈ। ਵੇਖ ਸਕਦੇ ਜੇ, ਬਿਲਕੁਲ ਵੀ ਬੈਠਾ ਰਹੇ ਤੇ ਪੈਰ ਨਹੀਂ ਹਿਲਾਉਂਦੀ ਆ। ਤਈਏ ਪੁੱਤਰ ਰਾ ਹੈ ਗਾਚ ਉਹ ਤੇ ਵਹਾ, ਭਾਵੇਂ ਬੱਚੇ ਥੱਲੇ ਬੈਠੇ ਰਹਿਣ, ਬੜੇ ਅਸੀਲ ਜਾਨਵਰ ਹੈ। ਤੁਸੀਂ ਵੇਖ ਸਕਦੇ ਜੇ, ਬਿਲਕੁਲ ਛੋਟਾ ਜਿਹਾ ਬੱਚਾ, ਹੱਥ ਲਾ ਗਾ ਚੋਤੇ ਵਹਾ ਚੋਤੇ, ਬਿਲਕੁਲ ਛੋਟਾ ਜਿਹਾ ਬੱਚਾ ਚੋਣਾਂ ਨੂੰ ਹੱਥ ਲਾ ਰਿਹਾ ਹੈ ਤੇ ਗਾਂ ਬਿਲਕੁਲ ਵੀ ਨਹੀਂ ਹਿਲਦੀ ਪਈ। ਬੜਾ ਅਸੀਲ ਜਾਨਵਰ ਹੈ ਮਾਸ਼ਾਅੱਲਾ, ਬੜਾ ਅਸੀਲ ਸੁਧਰਾ ਜਾਨਵਰ ਹੈ। ਬਾਕੀ ਗੱਲਾਂ ਭਾਈ ਆਸਮ ਨਾਲ ਕਰਦੇ ਹਾਂ। ਅਸ ਭਾਈ ਕੀ ਹਾਲ ਚਾਲ ਨੇ? ਅੱਲਾ ਦਾ ਸ਼ੁਕਰ ਹੈ ਭਾਈ ਜਾਨ, ਠੀਕ ਠਾਕ। ਉਸੇ ਤਾਂ ਤਬੀਅਤ ਠੀਕ ਨਹੀਂ। ਅਸ ਭਾਈ ਜਾਨਵਰ ਤੁਹਾਡਾ ਬੜਾ ਖੂਬਸੂਰਤ ਮਾਸ਼ਾਅੱਲਾ। ਇਹ ਜਰਸੀ ਤੇ ਫ੍ਰੀਜ਼ੀਅਨ ਦਾ ਕ੍ਰਾਸ ਹੈ, ਜਰਸੀ ਤੇ ਫ੍ਰੀਜ਼ੀਅਨ ਦਾ ਕ੍ਰਾਸ ਹੈ। ਆਪਣੇ ਘਰ ਦੀ ਹੈ? ਹਾਂਜੀ ਭਾਈ ਜਾਨ, ਘਰ ਦੀ ਹੈ, ਜੈਨਮਨ ਗੋਨੀ ਹੈ ਮਾਸ਼ਾਅੱਲਾ ਜੀ। ਪਹਿਲਾ ਸੂਆ ਸੂਈ ਹੈ, ਪਹਿਲੇ ਸੂਏ ਦਾ ਇਹਦਾ ਰਿਕਾਰਡ ਹੈਗਾ ਸੀ 23 ਲੀਟਰ ਮਾਸ਼ਾਅੱਲਾ, 23 ਲੀਟਰ ਪਹਿਲੇ ਸੂਏ ਕਰਦੀ। ਹਾਂਜੀ, 22 ਤੋਂ 23 ਲੀਟਰ ਕਰਦੀ ਰਹੀ ਹੈ ਮਾਸ਼ਾਅੱਲਾ ਜੀ। ਇਨਸ਼ਾਅੱਲਾ ਅੱਲਾ ਦੇ ਹੁਕਮ ਨਾਲ ਸਾਡੀ ਵਿਹੜੀ ਨੇ ਦੂਸਰਾ ਸੂਆ ਸੋਵਣਾ ਮਾਸ਼ਾਅੱਲਾ ਜੀ, ਤੇ ਜਨਾਬ ਇਹ ਕਰੇਗੀ 27 ਤੋਂ 28 ਲੀਟਰ, ਮਤਲਬ ਇਸ ਦਫਾ ਜ਼ਿਆਦਾ ਦੁੱਧ ਕਰੇਗੀ। ਹਾਂਜੀ, ਇਨਸ਼ਾਅੱਲਾ ਜੀ ਅੱਲਾ ਦੇ ਹੁਕਮ ਨਾਲ। ਤੇ ਸੈਕਸ ਸਿਮਨ ਦੀ ਡੋਜ਼ ਰਖਾਈ ਮਾਸ਼ਾਅੱਲਾ ਜੀ, 12,000 ਆ। ਵੈਰੀ ਗੁੱਡ ਜੀ। ਹਾਂਜੀ ਮਾਸ਼ਾਅੱਲਾ ਜੀ, ਅੱਲਾ ਦੇ ਹੁਕਮ ਨਾਲ ਡਾਕਟਰ ਨੇ ਆਖਿਆ ਵੱਛੀ ਦੇਗੀ ਮਾਸ਼ਾਅੱਲਾ ਜੀ, ਦੋ ਵੈੜਾ ਹੋ ਜਾਣੀਆਂ ਮਾਸ਼ਾਅੱਲਾ ਜੀ, ਸਹੀ ਹੋਗਾ ਜੀ। ਇਹ ਅਸ ਭਾਈ ਕਿੰਨੇ ਦਿਨ ਸੂਣ ਦੇ ਲੈਂਦੇ ਇਹ? ਸੀਲ ਸ਼ਰਾਫ ਇੰਨੀ ਇਹ 10 ਤੋਂ 12 ਦਿਨ ਲੈ ਜਾਏਗੀ। ਸੀਲ ਸ਼ਰਾਫ ਇੰਨੀ ਭਾਈ ਜਾਨ, ਭਾਵੇਂ ਕੁਛ ਮਰਜ਼ੀ ਕੀਤੀ ਜਾਓ, ਬਿਲਕੁਲ ਜੀ ਬਿਲਕੁਲ ਸਹੀ, ਹਲਦੀ ਨਹੀਂ ਮਾਸ਼ਾਅੱਲਾ। ਸਾਰੀਆਂ ਕੁਆਲਟੀਆਂ ਸਾਹਮਣੇ ਆ ਸੇ ਭਾਈ, ਬੜਾ ਖੂਬਸੂਰਤ ਜਾਨਵਰ ਤੁਹਾਡਾ। ਹਾਂਜੀ, ਤੇ ਮੂੰਹ ਕਿਵੇਂ ਆ ਸੇ ਭਾਈ? ਹਾਂ ਤੇ ਮੂੰਹ ਭਾਈ ਇਧਰ ਵੇਖ ਲਓ, ਕੰਨੀ ਵਾਲੇ ਦੰਦ ਹੁਣ ਕੱਢਦੀ ਪਈ ਹੈ। ਠੀਕ ਹੋ ਗਿਆ। ਹਾਂਜੀ, ਇਹ ਵੇਖੋ ਜੀ, ਇਹ ਨਿੱਕੇ ਖੜੇ
ਜਾਇਜ਼ ਮੁਨਾਸਬ ਬਿਲਕੁਲ ਚਾਲ ਚੱਲਣਾ ਬਾਅਦ ਚ ਖਾ ਦਾਂਗੇ, ਪਹਿਲੋ ਤੁਸੀਂ ਇਹਦਾ ਕਰ ਦੋ, ਇਹ ਕਰਦੇ ਕਿ ਵਪਾਰ ਦੀ ਆਪਣੇ ਇਸ ਜਨਾਬ ਵਪਾਰ ਦੀ ਆ ਵਪਾਰ ਦੀ ਹਾਂਜੀ। ਇਹਦਾ ਪਿਆਰ ਮੁਹੱਬਤ ਵਾਲਾ ਮੁੱਲ ਕੀ ਹੈ? ਇਹਦਾ ਪਿਆਰ ਮੁਹੱਬਤ ਵਾਲਾ ਮੁੱਲ ਹੈ 3,20,000 ਰੁਪਈਆ। 3,20,000 ਹਾਂਜੀ। ਤੇ ਕਿੰਨੀ ਕੱਚੀ, ਕਿੰਨੇ ਦਿਨ ਸੋਨ ਚ ਲੈਂਦੀ ਹੈ ਇਹ? ਭਾਈ ਜਾਨ ਤਕਰੀਬਨ 10 ਦਿਨ ਇਹ ਵੀ ਲੈ ਜਾਏਗੀ। 10 ਦਿਨ ਲੈ ਜਾਏਗੀ ਸੋਨ। ਆਪਾਂ ਗੱਲਾਂ ਸਿੱਧੀਆਂ ਕਰਨੇ ਆ, ਇਹ ਵਪਾਰ ਦੀ ਤੇ ਵਪਾਰ ਦੀ ਦੱਸੀ, ਠੀਕ ਹੋ ਗਿਆ? ਇਹ ਵਪਾਰ ਦੀ, ਉਹ ਮੇਰੀ ਘਰ ਦੀ ਵੈਰ ਤਿਆਰ ਹੋਈ ਹੋਈ। ਅਸਾਂ ਭਾਈ ਨੂੰ ਤੁਰ ਕੇ ਫਾਓ। ਮਾਸ਼ਾਅੱਲਾ ਚੁਲਸਤਾਨ ਤੇ ਫ੍ਰਿਜ਼ਨ ਵਿੱਚ ਕਰਾਸ ਜੇ ਭਾਈ ਦੱਸਦੇ ਨੇ 10 ਦਿਨੇ ਸੋਨ ਚ ਲੈਂਦੀ ਜੇ, ਬਿਲਕੁਲ ਵੇਖ ਸਕਦੇ ਜੇ ਵਧਰਾ ਕੱਚੀਆਂ ਬਿਲਕੁਲ ਕੱਦ ਕਾਠ ਬੜਾ ਨਸਲਜ਼ਾਦ ਗਾਂ ਦੀ ਚੰਗੀ ਆਲਰਾਊਂਡਰ ਗਾਂ ਜਿਹਨੂੰ ਕਿਹਾ ਜਾਂਦਾ ਹੈ, ਜਿਹੜਾ ਸਰਦੀ ਗਰਮੀ ਨੂੰ ਫੇਸ ਕਰਨ ਵਾਲੇ ਜਾਨਵਰ ਜੇ, ਸਿਰਫ ਕੈਮਰੇ ਤੋਂ ਡਰ ਰਹੀ ਹੈ। ਜੈਨਮਨ ਕੋਨੀ ਗਾਂ, ਰੰਗ ਹੀ ਬੜਾ ਪਿਆਰਾ, ਕਾਲਾ ਸ਼ਾਹ ਥਣ ਲੱਗਾ ਹੋਇਆ ਮੱਝਾਂ ਤਰ੍ਹਾਂ ਜਿਵੇਂ ਲੱਗ, ਹੁਣ ਤੁਹਾਨੂੰ ਵੇਖ ਸਕਦੇ ਜੇ ਹਵਾਨਾ ਬਿਲਕੁਲ ਸਭ ਕੁਝ ਤੁਹਾਡੇ ਸਾਹਮਣੇ ਹੈ, ਕੋਈ ਤੁਹਾਡੇ 'ਚ ਉਜਲ ਨਹੀਂ। ਕੱਚੀਆਂ ਵਧਰਾਂ ਫਾੜਾਂ ਵਾਲਾ ਹਵਾਨਾ ਜੇ, ਕਾਲਾ ਸ਼ਾਹ ਥਣ ਲੱਗਾ ਹੋਇਆ, ਕੋਈ ਚੀਜ਼ ਵੀ ਤੁਹਾਡੇ ਤੋਂ ਉਜਲ ਨਹੀਂ। ਵੀਰ ਭਰਾ ਥੱਲੀਆਂ ਕਾ ਵੇਖਣ, ਬਿਲਕੁਲ ਕੱਚੀਆਂ ਵਧਰਾਂ ਪਈਆਂ, ਸਿਰਫ ਕੈਮਰੇ ਤੋਂ ਡਰ ਰਹੀ ਹੈ, ਸਭ ਕੁਝ ਕੈਮਰੇ ਦੀ ਨਜ਼ਰ ਦੇ ਸਾਹਮਣੇ। ਇਹਦਾ ਵੀ ਤੁਹਾਨੂੰ ਡਿਟੇਲ ਭਾਈ ਆਸਮ ਨੇ ਦੱਸਤੀ ਹੈ। ਹੁਣ ਜਾਨਵਰ ਨੰਬਰ 3 ਵੀ ਤੁਹਾਨੂੰ ਵਿਖਾਉਣੇ ਹੈ, ਇਹ ਜਾਨਵਰ ਨੰਬਰ 2 ਜੇ। ਹੁਣ ਤੁਹਾਨੂੰ ਜਾਨਵਰ ਨੰਬਰ 3 ਵਿਖਾਉਣੇ ਭਾਈ ਆਸਮ ਦਾ, ਪਿਓਰ ਆਸਟ੍ਰੇਲੀਅਨ ਵੇਖ ਸਕਦੇ ਜੇ ਗਾਂ। ਸਭ ਕੁਝ ਕੈਮਰੇ ਦੀ ਨਜ਼ਰ ਦੇ ਸਾਹਮਣੇ, ਹਵਾਨਾ ਚੈੱਕ ਕਰ ਲਓ, ਮਾਸ਼ਾਅੱਲਾ ਲਾਜਵਾਬ ਹਵਾਨਾ। ਇਹ ਪਹਿਲੇ ਨਵੈਰ ਜੇ ਮਾਸ਼ਾਅੱਲਾ, ਆਸਟ੍ਰੇਲੀਅਨ ਤੇ ਡੱਚ ਦਾ ਕਰਾਸ ਜੇ, ਬੜਾ VIP ਕਰਾਸ। ਸਭ ਕੁਝ ਕੈਮਰੇ ਦੀ ਨਜ਼ਰ ਦੇ ਸਾਹਮਣੇ, ਬੰਦੇ ਦੇ ਮੱਥੇ ਜਿੱਡੀ ਹਾਈਟ, ਬਿਲਕੁਲ ਗਿੱਠ ਗਿੱਠ ਦੀ ਵੀਰ, ਪਾਵਰ ਵਾਲਾ ਥਾਨ। ਆਹ ਵੇਖ ਸਕਦੇ ਜੇ ਬਿਲਕੁਲ ਕੱਚੀਆਂ ਵਧਰਾਂ ਪਈਆਂ, ਬਿਲਕੁਲ ਕੱਚੀਆਂ ਵਧਰਾਂ, ਹਾਲੇ ਇਹਦੇ 10 ਤੋਂ 15 ਦਿਨ ਸੋਨ 'ਚ ਲੈਂਦੇ ਜੇ। ਸਭ ਕੁਝ ਸਾਹਮਣੇ ਹੈ, ਬੰਦੇ ਦੇ ਮੱਥੇ ਜਿੱਡੀ ਹਾਈਟ ਜੇ, ਜੈਨਮਨ ਕੋਨੀ ਪਹਿਲੇ ਨਵੈਰ ਜੇ। ਬੰਦਾ ਆ ਵੀ ਨਾਲ ਯਾਰ ਖਲੋਵੀ, ਵੀਰਾਂ ਨੂੰ ਤਸੱਲੀਆਂ ਕਰਾ ਦਈਏ, ਦੂਸਰੀ ਸਾਈਡ ਤੇ ਬੰਦਾ ਖਲੋਤਾ ਨਜ਼ਰ ਨਹੀਂ ਆਏਗਾ। ਵੇਖ ਸਕਦੇ ਜੇ, ਗੱਲਾਂ ਨਾਲ ਨਹੀਂ, ਤੁਹਾਡੇ ਸਾਹਮਣੇ ਸਭ ਕੁਝ, ਗੱਲਾਂ ਨਾਲ ਨਹੀਂ ਹੁੰਦਾ ਸਭ ਕੁਝ, ਤੁਹਾਡੇ ਸਾਹਮਣੇ ਪਰਲੀ ਸਾਈਡ ਤੇ ਬੰਦਾ ਖਲੋਤਾ ਨਜ਼ਰ ਨਹੀਂ ਆ ਰਿਹਾ। ਮਾਸ਼ਾਅੱਲਾ ਵੈਰ ਦਾ ਕੱਦ ਸ਼ਾਨ ਬੜਾ, ਨਸਲ ਜ਼ਾਤ ਚੰਗੀ, ਹਰ ਚੀਜ਼ ਦੀਆਂ ਤਸੱਲੀਆਂ ਵੀਰ ਭਰਾ ਕਰ ਲੈਣ। ਪਹਿਲਾਂ ਵੈਰ ਵੇਖ ਸਕਦੇ ਜੇ, ਇੰਨੀ ਸ਼ਰੀਫ ਬੱਚੇ ਬੈਠੇ ਨੇ, ਵੇਖ ਸਕਦੇ ਸਭ ਕੁਝ ਕੈਮਰੇ ਦੀ ਨਜ਼ਰ ਦੇ ਸਾਹਮਣੇ, ਕੋਈ ਚੀਜ਼ ਵੀ ਵੀਰਾਂ ਤੋਂ ਉਜਲ ਨਹੀਂ। ਜਾਨਵਰ ਨੰਬਰ 3 ਤੁਸੀਂ ਵੇਖ ਲਿਆ, ਇਹਦਾ ਵੀ ਆਪਾਂ ਭਾਈ ਆਸਮ ਨੂੰ ਪੁੱਛਦੇ ਹਾਂ ਕੀ ਹਿਸਾਬ ਕਿਤਾਬ ਹੈ। ਸਭ ਕੁਝ ਵੇਖ ਸਕਦੇ ਜੀ, ਬੱਚੇ ਥੱਲੇ ਬੈਠੇ ਰਹਿਣ, ਸਭ ਕੁਝ ਤੁਹਾਡੇ ਸਾਹਮਣੇ, ਕੋਈ ਚੀਜ਼ ਵੀ ਤੁਹਾਡੇ ਤੋਂ ਉਜਲਣੀ। ਅਸਾਂ ਬਾਈ ਕੀ ਹਾਲ ਨੇ ਜੀ? ਅੱਲਾ ਦਾ ਸ਼ੁਕਰ ਹੈ ਭਾਈ ਜਾਨ, ਠੀਕ। ਜਾਨਵਰ ਨੰਬਰ 3 ਵੀ ਤੁਹਾਡਾ ਵੇਖ ਲਿਆ ਜੀ? ਹਾਂਜੀ। ਇਹ ਕਿਵੇਂ ਮੂੰਹ ਚੁੱਕਵੇਂ ਆ ਇਹ ਭਾਈ ਜਾਨ? ਮੂੰਹ ਚ ਚੌਗੀ ਹੈ, ਨਸਲਜ਼ਾਦ ਜਾਨਵਰ ਦੀ ਕੀ ਆਪਣੇ ਇਹ ਭਾਈ ਜਾਨ? ਡੱਚ ਤੇ ਆਸਟ੍ਰੇਲੀਆ ਦਾ ਕਰਾਸ ਹੈ, ਡੱਚ ਤੇ ਆਸਟ੍ਰੇਲੀਆ ਦਾ ਕਰਾਸ, ਤੇ ਜਿਹੜਾ ਸਿਮਲ ਰਖਾਇਆ ਆਪਾਂ, ਅੱਛੀ ਕੁਆਲਿਟੀ ਦਾ ਰਖਾਇਆ। ਹਾਂਜੀ, ਬਹੁਤ ਅੱਛੀ ਕੁਆਲਿਟੀ ਦਾ, ਮਾਲਕਾਂ ਨੇ ਰਖਾਇਆ ਇਹ ਆਪਣੇ ਘਰ ਦੀ ਨਹੀਂ, ਇਹ ਵਪਾਰ ਦੀ, ਇਹ ਵਪਾਰ ਦੀ ਹੈ। ਹਾਂਜੀ, ਉਹ ਆਂਦੇ ਨੇ ਵੀ 6,000 ਵਾਲਾ ਟੀਕਾ ਰਖਾਇਆ ਹੈ। ਮਾਸ਼ਾਅੱਲਾ ਜੀ, ਜ਼ਬਰਦਸਤ ਹੋ ਗਿਆ ਜੀ।
ਅੱਛਾ ਸਰ ਭਾਈ ਇਹਦੇ ਕਿੰਨੇ ਦਿਨ ਰਹਿੰਦੇ ਨੇ ਪੱਕੇ? ਇਹਦੇ ਭਾਈ ਜਾਨ 19 ਤਰੀਕ ਨੂੰ ਦਿਨ ਪੂਰੇ ਹੋਣੇ ਨੇ। 19 ਤਰੀਕ ਨੂੰ ਦਿਨ ਪੂਰੇ? ਹਾਂਜੀ, ਅਜੇ ਕੱਚੀ ਹੈ ਮਤਲਬ। ਹਾਂਜੀ ਅਜੇ ਕੱਚੀ ਹੈ। ਠੀਕ। ਅਸ ਭਾਈ ਇਹਦਾ ਪਿਆਰ ਮੁਹੱਬਤ ਵਾਲਾ ਮੁੱਲ ਕੀ? ਜਿਵੇਂ ਦੂਸਰੇ ਦਾ ਪਿਆਰ ਮੁਹੱਬਤ ਹੋਇਆ ਇਹਦੇ ਨਾਲ? ਇਹਦਾ 3.5 ਲੱਖ ਭਾਈ ਜਾਨ। 3.5 ਲੱਖ? ਹਾਂਜੀ। ਪਿਆਰ ਮੁਹੱਬਤ ਫੁੱਲ ਰਹਿਤਾ ਪਿਆਰ ਮੁਹੱਬਤ ਹੋ ਜਾਏਗਾ ਜਿਹੜਾ ਵੀਰ ਭਾਈ ਸਾਡੇ ਕੋਲੇ ਆਵੇਗਾ ਪਿਆਰ ਮੁਹੱਬਤ ਕਰਾਂਗੇ। ਅਸ ਭਾਈ ਤਿੰਨਾਂ ਦੇ ਇੱਕ ਦਫਾ ਦੁਬਾਰਾ ਫਿਰ ਰੇਟ ਦੱਸ ਦਿਆ ਜੀ, ਜਾਨਵਰ ਨੰਬਰ 1 ਦਾ ਰੇਟ। ਹਾਂਜੀ ਭਾਈ ਜਾਨ, ਜਿਹੜੀ ਆ ਹੁਣ ਵਿਖਾਈ ਹੈ ਇਹਦਾ 3.5 ਲੱਖ, ਕਾਲੀ ਦਾ ਬਲੈਕ ਦਾ, 3.5 ਲੱਖ। ਹਾਂਜੀ। ਇਹ ਜਿਹੜੀ ਇਹਦਾ 4.5 ਲੱਖ। 4.5 ਲੱਖ? ਹਾਂਜੀ, ਸਫੈਦ ਦਾ ਜੀ। ਠੀਕ ਹੋ ਗਿਆ। ਤੇ ਜਿਹੜੀ ਉਹ ਭਾਈ ਜਾਨ ਉਹਦਾ 3,20,000। 3,20,000? ਠੀਕ। ਹਾਂਜੀ, ਪਿਆਰ ਮੁਹੱਬਤ ਹੋ ਜਾਏਗੀ ਜਿਹੜਾ ਵੀਰ ਆਵੇਗਾ ਸਾਡੇ। ਬਹੁਤ ਮਿਹਰਬਾਨੀ। ਹਾਂਜੀ, ਰੇਟ ਮੇਰੇ ਵੀਰਾਂ ਭਰਾਵਾਂ ਨੇ ਸੁਣ ਲਏ। ਕੋਈ ਵੀ ਵੀਰ ਭਰਾ ਸਾਡੇ ਜਾਨਵਰ ਖਰੀਦਣਾ ਚਾਹੁੰਦਾ, ਸਾਡਾ ਵਟਸਐਪ ਨੰਬਰ ਨੋਟ ਕਰ ਲਓ, 0322-7087-633। ਇੱਕ ਦਫਾ ਫਿਰ ਨੋਟ ਕਰ ਲਓ, 0322-7087-633। ਕੋਈ ਵੀ ਵੀਰ ਭਰਾ ਖਰੀਦਣਾ ਚਾਹੁੰਦਾ, ਸਾਡਾ ਇਹ ਵਟਸਐਪ ਨੰਬਰ ਹੈ, ਇਹ ਰਾਬਤਾ ਨੰਬਰ ਹੈ। ਅਗਰ ਤੁਹਾਨੂੰ ਸਾਡੀ ਅੱਜ ਵਾਲੀ ਵੀਡੀਓ ਪਸੰਦ ਆਈ ਹੈ ਤਾਂ ਸਾਡੀ ਵੀਡੀਓ ਦੇ ਕਮੈਂਟਸ ਅਤੇ ਸ਼ੇਅਰ ਲਾਜ਼ਮੀ ਕਰਿਆ ਜੇ। ਕੱਲ੍ਹ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਹਾਜ਼ਰ ਹੋਵਾਂਗੇ। ਉਦੋਂ ਤੱਕ ਆਪਦੇ ਮੇਜ਼ਬਾਨ ਮੁਹੰਮਦ ਸਾਜਿਦ ਵਿਰਕ ਨੂੰ ਦਿਓ ਇਜਾਜ਼ਤਾਂ। ਰੱਬ ਰੱਖਾ। ਕਿੰਨੇ ਮਿੰਟਾਂ